ਹੋਲਸੇਲ ਪ੍ਰਾਈਜ਼ ਦੀ। ਇੱਥੇ ਸਾਰਾ ਹੀ ਸਮਾਨ ਜੋ ਹੈ ਸਸਤਾ ਮਿਲਦਾ ਆ, ਸ਼ੂਜ਼ ਵੀ ਮਿਲਦੇ ਆ। ਹੁਸ਼ਿਆਰਪੁਰ ਸੰਡੇ ਮਾਰਕੀਟ ਦੇ ਵਿੱਚ ਵੀ ਸਟੋਕ ਆ ਚੁੱਕਾ ਆ ਗਰਮੀਆਂ ਦਾ। ਹੁਣ ਮੈਨੂੰ ਟੈਨਸ਼ਨ ਹੁੰਦੀ ਵੀ ਦੋਨੋਂ ਗੁੰਮ ਨਾ ਜਾਣ, ਨਹੀਂ ਤਾਂ ਖਰਚਾ ਪੈਣਾ ਆ 10-15 ਹਜ਼ਾਰ ਦਾ। 1, 2, 3, go! ਹੈਲੋ ਐਵਰੀਵਨ, ਵੈਲਕਮ ਟੂ ਮਾਈ ਚੈਨਲ। ਕਿਵੇਂ ਹੋ ਤੁਸੀਂ? ਆਈ ਹੋਪ ਕਿ ਸਾਰੇ ਵਧੀਆ ਹੋਵੋਗੇ, ਔਰ ਮੈਂ ਵੀ ਵਧੀਆ ਹਾਂ। ਅੱਜ ਹੈਗਾ ਆ ਮੇਰੇ ਬ੍ਰਦਰਸ ਦਾ ਬਰਥਡੇ, ਅਤੇ ਚੱਲਦੇ ਹਾਂ ਉਹਨਾਂ ਲਈ ਥੋੜ੍ਹੀ ਬਹੁਤ ਸ਼ੋਪਿੰਗ ਕਰਦੇ ਹਾਂ, ਅਤੇ ਫਿਰ ਚੱਲਦੇ ਹਾਂ ਉਹਨਾਂ ਨੂੰ ਮਿਲਣ, ਅਤੇ ਕਰਾਂਗੇ ਬਰਥਡੇ ਸੈਲੀਬ੍ਰੇਟ। ਸਭ ਤੋਂ ਪਹਿਲਾਂ ਮੈਂ ਸੋਚ ਰਹੀ ਹਾਂ ਉਹਨਾਂ ਲਈ ਕੱਪੜੇ ਹੀ ਲੈ ਲੈਂਦੀ ਹਾਂ, ਕਿਉਂਕਿ ਸੀਜ਼ਨ ਸਟਾਰਟ ਹੋਇਆ ਹੈ ਗਰਮੀਆਂ ਦਾ, ਅਤੇ ਕੱਪੜੇ ਇੱਕ ਬੈਸਟ ਆਪਸ਼ਨ ਆ ਦੇਣ ਦੇ ਲਈ। ਸਾਡੇ ਇੱਧਰ ਸਾਈਡ ਇੱਕ ਸ਼ੋਪ ਖੁੱਲ੍ਹੀ ਆ ਹੋਲਸੇਲ ਪ੍ਰਾਈਜ਼ ਦੀ, ਉੱਥੋਂ ਮੈਂ ਲੈ ਲਈ ਇਹਨਾਂ ਦੇ ਲਈ ਗਰਮੀਆਂ ਦੀ ਨਿੱਕਰਾਂ, ਟੀ ਸ਼ਰਟ, ਇੱਕ ਮੈਂ ਪਾਰਟੀ ਵੇਅਰ ਪੈਂਟ ਲਈ। ਇੱਥੇ ਸਾਰਾ ਹੀ ਸਮਾਨ ਜੋ ਹੈ ਸਸਤਾ ਮਿਲਦਾ ਆ, ਸ਼ੂਜ਼ ਵੀ ਮਿਲਦੇ ਆ। ਜੇ ਤੁਸੀਂ ਕਹੋਗੇ ਤਾਂ ਮੈਂ ਡਿਟੇਲਸ ਦੱਸ ਦੇਵਾਂਗੀ ਇਹਨਾਂ ਦੀ ਸ਼ੋਪ ਦੀਆਂ, ਅਤੇ ਬਾਕੀ ਇਹਨਾਂ ਦੇ ਬਹੁਤ ਜ਼ਿਆਦਾ ਰਸ਼ ਰਹਿੰਦਾ ਆ, ਕਿਉਂਕਿ ਇਹਨਾਂ ਦਾ ਸਮਾਨ ਆਉਂਦਾ ਪਿੱਛੋਂ ਆ ਅਤੇ ਵਿਕ ਪਹਿਲਾਂ ਜਾਂਦਾ ਆ। ਲੜਕੇ ਆਉਂਦੇ ਤਾਂ ਇੱਕ ਇੱਕ ਦੋ ਦੋ ਕੱਪੜੇ ਲੈਣ ਆ, ਪਰ ਲੈ ਕੇ ਇੰਨੇ ਇੰਨੇ ਜ਼ਿਆਦਾ ਜਾਂਦੇ ਆ, ਕਿਉਂਕਿ ਕੱਪੜਾ ਪਸੰਦ ਹੀ ਇੰਨਾ ਆਉਂਦਾ ਆ। ਬ੍ਰੈਂਡਿਡ ਵੀ ਕੱਪੜੇ ਹੈਗੇ ਆ, ਅਤੇ ਨੋਰਮਲ ਕੱਪੜੇ ਵੀ ਹੈਗੇ ਆ, ਔਰ ਬ੍ਰੈਂਡਿਡ ਕੱਪੜੇ ਹੀ ਜੇ ਤੁਹਾਨੂੰ ਇੰਨੇ ਸਸਤੇ ਮਿਲ ਜਾਣ ਤਾਂ ਬੰਦਾ ਕਿਉਂ ਨਹੀਂ ਲਊਂਗਾ। ਕਈ ਜਣੇ ਤਾਂ ਇੱਥੋਂ ਕੱਪੜੇ ਸੇਲ ਕਰਨ ਦੇ ਲਈ ਵੀ ਲੈ ਕੇ ਜਾਂਦੇ ਆ ਬਹੁਤ ਜ਼ਿਆਦਾ। ਮੈਂ ਪਰਚੇਜ਼ ਕਰ ਲਏ ਆ ਉਹਨਾਂ ਲਈ, ਇਸ ਤੋਂ ਇਲਾਵਾ ਹੁਸ਼ਿਆਰਪੁਰ ਸੰਡੇ ਮਾਰਕੀਟ ਦੇ ਵਿੱਚ ਵੀ ਸਟੋਕ ਆ ਚੁੱਕਾ ਆ ਗਰਮੀਆਂ ਦਾ, ਖੁੱਲ੍ਹ ਕੇ ਅਤੇ ਘੱਟ ਰੇਟ ਦੇ ਵਿੱਚ। ਤੁਸੀਂ ਆਓ, ਸ਼ੋਪਿੰਗ ਕਰੋ, ਦੇਖੋ ਰਸ਼ ਆ, ਦੁਪਹਿਰ ਦਾ ਟਾਈਮ ਆ ਫਿਰ ਵੀ ਰਸ਼ ਆ, ਜਿੱਦਾਂ ਜਿੱਦਾਂ ਸ਼ਾਮ ਹੋਣੀ ਆ ਉੱਦਾਂ ਉੱਦਾਂ ਹੋਰ ਰਸ਼ ਵੱਧ ਜਾਣਾ ਆ। ਪਹੁੰਚ ਗਏ ਆ ਘਰ, ਦੇਖੋ ਕੀ ਦੇਖ ਰਹੇ, ਅਸੀਂ ਦੇਖ ਰਹੇ ਸੀ ਰੈਸਨ ਮੇਨ। ਹੈਪੀ ਬਰਥਡੇ ਦੋਨਾਂ ਨੂੰ, ਬੜੀ ਛੇਰੀ ਚੇਤਾ ਆ, ਬਟ ਥੈਂਕ ਯੂ, ਸਾਨੂੰ ਪਹਿਲੇ ਚਾਹੀਦਾ ਸੀ ਕਿ ਫੋਨ ਆਵੇ ਪਹਿਲੇ। ਕੋਈ ਨਾ, ਹੁਣ ਮੈਨੂੰ ਜੇ ਨਹੀਂ ਹੈ ਰਾਤ ਨੂੰ ਵਿਸ਼ ਕਰ ਹੋਈ ਪਹਿਲੀ ਵਾਰ, ਐ ਲੈ ਆ ਤੇਰਾ, ਤੇ ਇਹ ਤੇਰਾ ਇਹ ਗਿਫਟ ਲਈ ਵੈਸੇ ਸਾਨੂੰ, ਹਾਂ ਨਹੀਂ ਚਲੋ ਲਓ ਆਪਣੇ, ਦੇਖੋ ਸਹੀ ਆ। ਮੈਨੂੰ ਪਹਿਲੇ ਇਹ ਚਾਹੀਦਾ ਸੀ ਕਿ ਤੇਰਾ ਬਰਥਡੇ ਦੀ ਪਹਿਲੀ ਵਿਸ਼ ਤੂੰ ਤੇਰੇ ਹਰ ਵਾਰ ਦੀ ਤਰ੍ਹਾਂ। ਨੈਕਸਟ ਟਾਈਮ ਸਹੀ, ਨੈਕਸਟ ਕੋਈ ਨਾ, ਚੱਲਦਾ ਕਦੀ 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 ਕਦੀ, ਮੈਂ ਪੂਰੀ ਪੂਰੀ ਉਮੀਦ ਲਾ ਕੇ ਬੈਠਾ ਸੀ। ਇਸ ਤੋਂ ਇਲਾਵਾ ਇੱਕ ਹੋਰ ਪ੍ਰੋਬਲਮ ਹੋ ਗਈ ਆ, ਜਿੱਥੇ ਅਸੀਂ ਗਏ ਸੀਗੇ ਕੱਪੜੇ ਖਰੀਦਣ, ਉੱਥੇ ਮੇਰਾ ਚਾਰਜਰ ਵਗੈਰਾ ਸਭ ਕੁਝ ਉੱਥੇ ਹੀ ਰਹਿ ਗਿਆ ਆ, ਤੇ ਉੱਥੇ ਰਸ਼ ਵੀ ਬਹੁਤ ਸੀਗਾ। ਜੇ ਤਾਂ ਦੁਕਾਨਦਾਰ ਨੂੰ ਕਿਸੇ ਨੇ ਦੱਸ ਦਿੱਤਾ ਕਿ ਉੱਥੇ ਹੈ ਕਿਸੇ ਦਾ ਬੈਗ ਰਹਿ ਗਿਆ ਆ, ਤਾਂ ਮਿਲ ਜੂੰਗਾ। ਉਧਰ ਮੇਰੇ ਹਸਬੈਂਡ ਦੇ ਆਈਫੋਨ ਦਾ ਚਾਰਜਰ ਤੇ ਮੇਰੇ ਮੋਬਾਈਲ ਦਾ ਚਾਰਜਰ ਦੋਨੋਂ ਉੱਥੇ ਉਹਦੇ ਵਿੱਚ ਹੀ ਰਹਿ ਗਏ ਆ। ਹੁਣ ਮੈਨੂੰ ਟੈਨਸ਼ਨ ਹੁੰਦੀ ਵੀ ਦੋਨੋਂ ਗੁੰਮ ਨਾ ਜਾਣ, ਨਹੀਂ ਤਾਂ ਖਰਚਾ ਪੈਣਾ ਆ 10-15 ਹਜ਼ਾਰ ਦਾ। ਦੇਖ ਟ੍ਰਾਈ ਕਰਕੇ ਦੇਖ ਲੋ, ਨਹੀਂ ਆਣਾ ਤਾਂ ਮੈਂ ਸੀਗਾ ਹੀ। ਤੂੰ ਲੈਣ ਦੇ ਕੇਕ, ਕੇਕ ਦੀ ਜ਼ਿੰਮੇਵਾਰੀ ਇਹਨੂੰ ਸੀਗੀ ਦਿੱਤੀ ਹੋਈ, ਦੱਸ
ਇੱਥੇ ਲਿਆਂਦੇ ਪਏ ਆ ਦੋਨੋਂ ਕੇਕ। ਚਲੋ ਦੇਖਦੇ ਆ ਕਿ ਦਿਨ ਕਿੱਦਾਂ ਦਾ ਨਿਕਲੇਗਾ। ਤੇ ਮੰਮੀ ਬੈਠੇ ਹਨ ਬਾਹਰ, ਮੰਮੀ ਵੀ ਲੁਕੋ ਰਹੇ ਆ, ਹਜੇ ਕੋਈ ਵੀ ਤਿਆਰ ਨੀ ਹੋਇਆ, ਸਿਰਫ ਮੈਂ ਹੀ ਤਿਆਰ ਹੋ ਕੇ ਆ ਗਈ। ਮੈਂ ਵੀ ਤਿਆਰ ਬੈਠਾ। ਇਹ ਤਾਂ ਕੰਮ ਤੋਂ ਆਇਆ ਨਾ, ਮੈਂ ਤਿਆਰ ਬੈਠਾ। ਹਾਂ ਪ੍ਰੇ ਕਰੋ ਕਿ ਚਾਰਜਰ ਮਿਲ ਜਾਏ, ਬਟ ਇਹ ਵੀਡੀਓ ਤਾਂ ਤੁਹਾਡੇ ਕੋਲ ਪਹੁੰਚਣੀ ਲੇਟ ਆ, ਉਦੋਂ ਤੱਕ ਤਾਂ ਤੁਹਾਨੂੰ ਕੀ ਪਤਾ ਮੈਂ ਅਫਸੋਸ ਵਾਲੀ ਨਿਊਜ਼ ਦੇ ਰਹੀ ਹੋਵਾਂ ਕਿ ਨਹੀਂ ਮਿਲਿਆ। ਮਿਲ ਗਿਆ ਚਾਰਜਰ, ਉੱਥੇ ਹੀ ਸੀਗੇ। ਚਲੋ ਥੈਂਕ ਗੋਡ, ਨਹੀਂ ਤਾਂ ਖਰਚਾ ਹੋ ਜਾਣਾ ਸੀ 10-15 ਹਜ਼ਾਰ ਦਾ। ਚਲੋ ਹੁਣ ਫੋਨ ਚਾਰਜ ਲਾਉਂਦੇ ਹਾਂ। ਡੈਡ ਕਿਉਂ, ਇਹਦੀ ਬਹੁਤ ਵੱਡੀ ਵਜ੍ਹਾ ਆ, ਬਹੁਤ ਔਖੇ ਦਿਨ ਚੱਲ ਰਹੇ ਆ। ਫੋਨ ਚਾਰਜ ਕਰ ਲਵਾਂ ਪਹਿਲੇ। ਗਾਈਸ ਫਾਈਨਲੀ ਕੇਕ ਕਟਿੰਗ ਦਾ ਟਾਈਮ ਆ ਚੁੱਕਾ ਆ, ਤੇ ਇੱਕ ਆਹ ਪੀਲੀ ਤਮੋੜੀ ਤੇ ਇੱਕ ਇੱਧਰ ਪੀਲੀ ਤਮੋੜੀ, ਦੋਨੋਂ ਮੈਚਿੰਗ ਕਰਕੇ ਖਾ ਹੋ ਗਏ ਆ ਤੇ ਕੱਟਦੇ ਆ ਹੁਣ ਕੇਕ। ਕੱਟੀਏ, ਹਾਂਜੀ ਤੁਸੀਂ ਕਿੱਥੇ ਲੈ ਲੈ, ਨਹੀਂ ਆਪਣੇ ਆਪ ਨੂੰ ਥੋੜਾ ਦਿਖਾਓ, ਇੱਧਰ ਦੇਖੋ ਚਾਰ ਕਾਟਨ ਪੈਨ ਕੇ ਆ ਗਏ। ਇਹ ਹੁਣ ਕੇਕ ਹੈਗਾ ਆ, ਇਹ ਜਿਹੜਾ ਇਹਨੂੰ ਇਹਦੇ ਉੱਪਰ ਪਾਣਾ ਹੈ ਨਾ। ਦੀਪਾ ਕਰ ਦੇ, ਖਾਸ ਡਿੱਗਿਆ ਨਹੀਂ ਪਿਆ, ਖਾਸ ਨਹੀਂ ਡਿੱਗਿਆ, ਨਹੀਂ ਡਿੱਗਿਆ ਹੈਗਾ, ਡਿੱਗਿਆ ਹੈ। ਹਰ ਵਾਰੀ ਇਦਾਂ ਕਰਨ ਦਾ, ਤੂੰ ਅਰੁਣ ਤੇ ਨਾ ਆਣ ਦੇਈ ਨਾ, ਮੈਂ ਅਰੁਣ ਦੇ ਸਾਈਡਾਂ ਸਾਈਡਾਂ ਤੇ, ਹਾਂ ਹਾਂ ਅਰੁਣ ਦਾ ਟੱਕਣਾ ਕਿੰਦਾ ਟੱਕ ਹੁੰਗਾ। ਚੱਲ ਤੇ ਚਲੋ ਜੀ, ਕਰ ਉੱਪਰ ਕਰ, ਯੇ ਚਲੋ ਜੀ, ਪੂਰਾ ਅਰੁਣ ਵੀ ਟੱਕ ਹੋ ਗਿਆ ਏ। ਵਿਚਾਰਾ ਉਹਦਾ ਨਾਮ ਬਚਾਉਂਦਾ ਬਚਾਉਂਦਾ ਉਹਦਾ ਨਾਮ ਵਿੱਚ ਡਬੋ ਦਿੱਤਾ। ਮੈਂ ਪੂਰੀ ਕੋਸ਼ਿਸ਼ ਕੀਤੀ ਬਚਾਉਣ ਦੀ, ਮੈਂ ਤਾਂ ਹਾਂ ਨਹੀਂ ਕਰਦਾ, ਇਹ ਸਾਜ਼ਿਸ਼ ਸੀ, ਸਰਾਸਰ ਸਾਜ਼ਿਸ਼ ਸੀ ਆਸ਼ੂ ਦੀ। ਮੇਰੀ ਕੋਸ਼ਿਸ਼ ਸੀ, ਮੈਂ ਤੈਨੂੰ ਨਾ ਬਚਾ, ਮੈਂ ਤਾਂ ਬਚਾ ਰਿਹਾ ਸੀ ਤੂੰ ਦੇਖ ਤੇਰਾ ਮੈਂ ਆਈ ਨਾ ਉਡਾਇਆ ਚੋਕਲੇਟ, ਤੂੰ ਤੇਰੇ ਵੀ ਕੰਨ ਆਈ ਉੱਡਣਾ, ਬਸ ਉਹਦੀ ਚੋਕਲੇਟ ਦਾ ਤੋੜ ਦਿਓ ਇਹ ਲੱਪੇ ਹੋ ਜਾਏ। ਇਹ ਵੀ ਖੋਲਣਾ ਆ, ਇਹਨੂੰ ਖੋਲ ਲੋ, ਇਦਾਂ ਨਹੀਂ ਮੈਨੂੰ ਪਤਾ ਸਾਈਡ ਤੋਂ ਖੁੱਲਣਾ ਹੈਗਾ। ਹਾਂ ਪ੍ਰਿਆ ਫੇਰ ਨਾ ਇੱਧਰ ਦਾ ਕਰਨ ਲੱਗ ਗਿਆ, ਦੇਖੀ ਤੇਰੇ ਪਰਖਾ ਝੁੱਟਦੇ। ਅਵੇ ਛੋਟੇ ਜਿਹੇ ਕਿੰਨਾ ਲੜਦੇ ਸੀ, ਉਹ ਦੇਖੋ ਫੱਟਤਾ ਆ, ਫੱਟਤਾ, ਮਜ਼ਾ ਆ ਗਿਆ ਮੈਨੂੰ ਮਜ਼ਾ ਆਇਆ। ਦੀਪਾ ਕਰ ਤੂੰ ਦੇਖ, ਚੋਕਲੇਟ ਜੇ ਛੁੱਟ ਗਈ ਤਾਂ ਚੋਕਲੇਟ ਨਾ ਉਖੇੜ। ਇਹ ਨਹੀਂ ਚੋਕਲੇਟ ਆ ਗਈ ਆ ਸਾਰੀ, ਮੈਂ ਕਹੀ ਜਾਂਦੀ ਆ ਚੋਕਲੇਟ ਇਹਦੇ ਨਾਲ ਰਹਿਣੀ ਸੀ। ਪਿਛਲੀ ਵਾਰ ਇਹ ਨਾਲ ਨੀ ਰਹੀ ਸੀ, ਫਰਿੱਜ ਚ ਠੰਡਾ ਨੀ ਰਿਹਾ, ਇਹ ਕਾਫੀ ਦੇਰ ਦਾ ਕੱਢ ਕੇ ਰੱਖਤਾ ਨਾ। ਚਲੋ ਜੀ, ਦੂਜੇ ਦੇ ਪਰਖੇ ਚੜਾ ਨਾ ਕੇ ਕੀ ਕਰਾਵ, ਬਸ ਕਰ, ਇੰਨੀ ਚੈਰੀਆਂ ਸਜਾ ਕੇ ਕਿੱਥੇ ਜਾਣਾ ਤੂੰ, ਚੈਰੀਆਂ ਸਜਾਉਣ ਤੇ ਲੱਗਾ ਲੈ ਆਪਣੇ ਕੇਕ ਦੀ। ਚੱਲ ਚੱਕ ਆਪਣਾ, ਚੱਕ ਈਸ਼ੂ ਆਪਣਾ ਕੇਕ, ਚੱਕ ਚੱਕ ਦੇ ਚੱਕ ਦੇ ਚੱਕ ਦੇ, ਰੁਕ ਜਾ, ਉਹ ਕਿੱਥੇ ਆ, ਉਹ ਆ ਗਏ, ਆ ਗਏ ਆ ਰਹੇ ਆ, ਬੰਦੇ ਆ ਗਏ ਨੇ, ਚੱਕ ਦੇ ਚੱਕ ਦੇ ਚੱਕ ਦੇ, ਦੇਖੋ ਮੇਰਾ ਨਾਮ, 1 2 3 ਗੋ।
ਚਲੋ ਜੀ ਗਿਵ ਇਟ ਟੂ ਮੀ ਚਲੋ ਧਿਆਨ ਨਾ ਮੀਡੀਆ ਦੇ ਦੂਰ ਰਹਿ ਥੋੜੇ ਜੇ ਕੱਟੋਗੇ ਅਮੀਰ ਕੱਟੋ ਕੱਟੋਗੇ ਕੱਟੋ ਅਮੀਰ ਲੈ ਕੇ ਅਰੂ ਤਾਂ ਹੈ ਨੋਰਮਲ ਮਾਰਵੇ ਮੰਦੀ ਮੈਂ ਇੱਧਰ ਆਇਓ ਜੋਰ ਸੇ ਬੋਲੋ ਹੈਪੀ ਬਰਥਡੇ ਮੈਨੂੰ ਨੀ ਸੁਣਿਆ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਸ ਕਰ ਚੈਰੀਆਂ ਦੇ ਪਿੱਛੇ ਲੱਗਾ ਅੱਧਾ ਘੰਟਾ ਹੋ ਗਿਆ ਕੇਕ ਕੱਟਣ ਤੋਂ ਪਹਿਲਾਂ ਹੀ ਚੈਰੀਆਂ ਦੇ ਪਿੱਛੇ ਲੱਗਾ ਖਵਾ ਮੰਮੀ ਨੂੰ ਖਵਾ ਮੇਰੇ ਚਮਚ ਸਿਰਫ ਦਿਖਾਉਣ ਨੂੰ ਹੁੰਦੇ ਆ ਖਵਾਇਆ ਹੱਥਾਂ ਨਾਲ ਹੀ ਮੈਨੂੰ ਮਨਦੀਪ ਨੂੰ ਚੈਰੀ ਤੋਂ ਇਲਾਵਾ ਕੇਕ ਵੀ ਖਵਾਇਆ ਜਾਏ ਲੋ ਲੋ ਅਮੀਰ ਵਾਲਾ ਕੇਕ ਖਾ ਕੇ ਦੇਖੋ ਰਬੜੀ ਕੇਕ ਰਬੜੀ ਕੇਕ ਕਿੱਦਾਂ ਲੱਗਾ ਪੀਆ ਨੂੰ ਦਿਖਾਈਏ ਮੈਂ ਖਾਦਾ ਹੋਇਆ ਨਾ ਤਾਂ ਮੈਂ ਪਤਾ ਮੀਡੀਆ ਵਾਲਿਓ ਮੀਡੀਆ ਕਰਮੀ ਦੇਖੋ ਮੀਡੀਆ ਵਾਲੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਬਸ ਹੋ ਗਿਆ ਚੰਮਾ ਜੋੜੇ ਮੂੰਹ ਚ ਛੱਡਤਾ ਇਹਨਾਂ ਨੂੰ ਕਿਸੇ ਨੇ ਖਵਾਇਆ ਮੈਂ ਨੀ ਖਵਾ ਪਾਈ ਕੋਠੀਆਂ
ਬਸ ਕਰ ਇੰਨੀ ਚੈਰੀਆਂ ਕਿੱਥੇ ਜਾਣੀਆਂ ਤੇਰੀਆਂ, ਸਾਰੀਆਂ ਮੁਕਾ ਹੀ ਦਿੱਤੀਆਂ, ਇੱਕ ਅੱਧੀ ਮੇਰੇ ਲਈ ਵੀ ਨੀ ਛੱਡੀ, ਦੋ ਮੈਂ ਖਾਧਾ ਆ। ਅਸੀਂ ਆ ਗਏ ਹੁਣ ਬਾਹਰ ਡਿਨਰ ਲਈ। ਦੀਪਾ ਨੂੰ ਲੁਕਾਉਂਦੇ ਹੋਏ ਮਨਦੀਪ ਸਿੰਘ ਜੀ, ਹਾਂ ਹੁਣ ਦੇਖੀ ਦੀਪਾ, ਆ ਚੁੱਕਾ ਹੈ ਸਾਰੇ। ਹੁਣ ਆਪਾਂ ਖਾਵਾਂਗੇ ਖਾਣਾ ਤੇ ਫਿਰ ਅਸੀਂ ਨਿਕਲਦੇ ਹਾਂ।